ਕੌਮ ਦੇ ਜਿਹੜੇ ਰਖਵਾਲੇ ਨੇ ਅਗਰ ਉਹ ਇਹੋ ਜਿਹਾ ਕੰਮ ਕਰ ਰਹੇ ਨੇ ਤੇ ਇਹ ਗੱਲ ਚੰਗੀ ਨਹੀਂ ਆ। ਪਰਮੇਸ਼ਰ ਕਦੀ ਵੀ ਉਹਨਾਂ ਲੋਕਾਂ ਨੂੰ ਮਾਫ ਨਹੀਂ ਕਰੇਗਾ। ਪਰਮੇਸ਼ਰ ਨੇ ਦੂਸਰਿਆਂ ਨੂੰ ਬਰਕਤ ਦੇਣ ਦੇ ਲਈ ਠਹਿਰਾਇਆ ਵਾ, ਨਾ ਕਿ ਤੁਹਾਨੂੰ ਦੂਸਰਿਆਂ ਦੇ ਸਿਰ 'ਚ ਮਿੱਟੀ ਪਾਉਣ ਦੇ ਲਈ। ਤੋ ਇਸ ਕਰਕੇ ਮਿਹਨਤ ਆ ਕਿ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਦੂਸਰੇ ਦੇ ਸਿਰ 'ਚ ਮਿੱਟੀ ਪਾਉਣਾ ਬੰਦ ਕਰੋ। ਚਾਹੇ ਉਹ ਮਸੀਹ ਕੌਮ ਦੇ ਆਗੂ ਅਖਵਾਉਂਦੇ ਨੇ, ਚਾਹੇ ਉਹ ਕਿਸੇ ਰਹਿਬਰ ਨੇ, ਚਾਹੇ ਕੁਛ ਵੀ ਕਿਸੇ ਵੀ ਰੂਪ ਦੇ ਵਿੱਚ ਉਹ ਮਸੀਹ ਕੌਮ ਦੀ ਸੇਵਕਾਈ ਕਰ ਰਹੇ ਨੇ ਜਾਂ ਸੇਵਾ ਕਰ ਰਹੇ ਨੇ, ਅਤੇ ਉਹ ਇਸ ਤਰ੍ਹਾਂ ਦਾ ਹੀ ਕੁਛ ਲੱਗ ਰਿਹਾ ਸੀਗਾ ਵੀ ਇੱਕ ਦੂਸਰੇ ਦੇ ਸਿਰ ਦੇ ਵਿੱਚ ਮੁੱਖ ਭਰ ਭਰ ਕੇ ਮਿੱਟੀ ਪਾ ਕੇ ਅਤੇ ਆਪਣਾ ਆਪਣਾ ਸਿਰ ਝਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਕੁਝ ਤਾਂ ਸਾਡੇ ਅੰਧ ਭਗਤ ਲੋਕ ਨੇ ਜਿਨ੍ਹਾਂ ਨੇ ਉਸਨੂੰ ਮੁੱਦਾ ਨਾ ਹੁੰਦੇ ਹੋਏ ਵੀ ਇੱਕ ਬੜਾ ਵੱਡਾ ਮਸਲਾ ਬਣਾ ਦਿੱਤਾ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਅਤੇ ਪਵਿੱਤਰ ਨਾਂ ਵਿੱਚ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ। ਪ੍ਰਭੂ ਦਾ ਧੰਨਵਾਦ ਹੈ ਕਿ ਪਰਮੇਸ਼ਰ ਨੇ ਇੱਕ ਵਾਰੀ ਫਿਰ ਇਹ ਸਮਾਂ ਦਿੱਤਾ ਹੈ ਕਿ ਤੁਹਾਡੇ ਰੂਬਰੂ ਹੋ ਸਕੀਏ, ਔਰ ਰੂਬਰੂ ਹੋਣ ਦਾ ਇੱਕ ਬਹੁਤ ਹੀ ਖਾਸ ਕਾਰਨ ਸੀਗਾ ਜੋ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖ ਰਹੇ ਜੇ ਕਿ ਮਸੀਹ ਕੌਮ ਦੇ ਆਗੂਆਂ ਦੇ ਵਿੱਚ, ਮਸੀਹ ਯੋਧਿਆਂ ਦੇ ਵਿੱਚ ਇੱਕ ਬੜਾ ਆਪਸੀ ਘਮਸਾਨ ਯੁੱਧ ਛਿੜਿਆ ਹੋਇਆ ਵਾ। ਇਸ ਨੂੰ ਵੇਖ ਕੇ ਮਨ ਬਹੁਤ ਦੁਖੀ ਸੀਗਾ, ਮਨ ਬਹੁਤ ਵਿਆਕੁਲ ਸੀਗਾ, ਮਨ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ, ਔਰ ਪਰਮੇਸ਼ਰ ਦੇ ਗੜੀ ਦੁਆ ਕਰ ਰਹੇ ਸਾਂ ਕਿ ਪਰਮੇਸ਼ਰ ਕੋਈ ਨਾ ਕੋਈ ਰਸਤਾ ਕੱਢੇ ਤਾਂ ਜੋ ਸਾਡੇ ਯੋਧੇ ਜਿਹੜੇ ਨੇ ਉਹ ਆਪਸ ਵਿੱਚ ਜੰਗ ਕਰਨ ਦੀ ਬਜਾਏ ਪਰਮੇਸ਼ਰ ਦੇ ਰਾਜ ਨੂੰ ਵਧਾਉਣ ਦੇ ਲਈ ਯਤਨ ਕਰਨ। ਤਾਂ ਸੋਚਦੇ ਸੋਚਦੇ, ਵਿਚਾਰ ਕਰਦੇ ਕਰਦੇ ਇੱਕ ਪੁਰਾਣੀ ਯਾਦ ਜਿਹੜੀ ਸੀਗੀ ਉਹ ਪਰਮੇਸ਼ਰ ਨੇ ਯਾਦ ਕਰਵਾ ਦਿੱਤੀ, ਅਤੇ ਮੈਂ ਸੋਚਿਆ ਤੁਹਾਡੇ ਨਾਲ ਵੀ ਉਸ ਯਾਦ ਨੂੰ ਸਾਂਝਾ ਕਰਾਂ। ਅਸੀਂ ਛੋਟੇ ਹੁੰਦੇ ਬਚਪਨ ਦੇ ਵਿੱਚ, ਸਾਡਾ ਪਿਛੋਕੜ ਜਿਹੜਾ ਉਹ ਪਿੰਡਾਂ ਦੇ ਵਿੱਚ ਸੀਗਾ, ਜ਼ਿਆਦਾਤਰ ਅਸੀਂ ਪਿੰਡਾਂ ਦੇ ਰਹਿਣ ਵਾਲੇ ਹਾਂ, ਔਰ ਅਸੀਂ ਜਦੋਂ ਮੈਂ ਆਪਣੇ ਪਿੰਡ ਦੇ ਵਿੱਚ ਰਹਿੰਦੇ ਸੀਗੇ ਅਤੇ ਮੈਨੂੰ ਯਾਦ ਹੈ ਕਈ ਵਾਰਾਂ ਛੋਟੇ ਛੋਟੇ ਬੱਚੇ 5-7-10 ਜਣੇ ਰਲ ਕੇ ਅਤੇ ਇੱਕ ਮਿੱਟੀ ਦਾ ਘਰ ਬਣਾਉਣਾ ਅਤੇ ਮਿੱਟੀ ਦਾ ਘਰ ਬਣਾ ਕੇ ਉਹ ਆਪਸ ਵਿੱਚ ਖੇਡਦੇ ਹੁੰਦੇ ਸੀਗੇ। ਅਤੇ ਕਈ ਵਾਰੀ ਕੀ ਹੁੰਦਾ ਸੀਗਾ ਕਿ ਕਿਸੇ ਬੱਚੇ ਨੂੰ ਅਚਾਨਕ ਜਾਂ ਕਿਤੇ ਕੋਈ ਧੱਕਾ ਵੱਜ ਗਿਆ ਜਾਂ ਕੁਝ ਐਸਾ ਸ਼ਬਦ ਜਿਹੜਾ ਸੀਗਾ ਉਹਨੂੰ ਚੰਗਾ ਨਹੀਂ ਲੱਗਿਆ, ਉਹ ਨਿਕਲ ਗਿਆ ਮੂੰਹੋਂ ਬੋਲਿਆ ਗਿਆ, ਅਤੇ ਉਹ ਗੁੱਸੇ ਹੋ ਕੇ ਅਤੇ ਕਈ ਵਾਰਾਂ ਸ਼ਰਾਰਤ ਦੇ ਨਾਲ ਹੀ, ਗੁੱਸਾ ਵੀ ਨਹੀਂ ਸੀ ਹੁੰਦਾ, ਕਈ ਵਾਰਾਂ ਸ਼ਰਾਰਤ ਦੇ ਨਾਲ ਹੀ ਉਹ ਮਿੱਟੀ ਦੀ ਮੁੱਠ ਭਰਦਾ ਸੀਗਾ ਅਤੇ ਦੂਸਰੇ ਦੇ ਸਿਰ ਦੇ ਵਿੱਚ ਸੁੱਟ ਦਿੰਦਾ ਸੀਗਾ। ਔਰ ਜਿੰਨਾ ਚਿਰ ਨੂੰ ਉਹਨੂੰ ਸਮਝ ਲੱਗਦੀ ਸੀਗੀ ਉਹਨਾਂ ਚਿਰ ਨੂੰ ਸਾਹਮਣੇ ਵਾਲੇ ਨੂੰ ਗੁੱਸਾ ਆਉਂਦਾ ਅਤੇ ਉਹ ਬੁੱਕ ਭਰ ਕੇ ਰੇਤ ਦਾ ਜਾਂ ਮਿੱਟੀ ਦਾ ਅਤੇ ਉਹਦੇ ਸਿਰ ਵਿੱਚ ਪਾ ਦਿੰਦਾ ਸੀਗਾ। ਅਤੇ ਜਦੋਂ ਦੋਵੇਂ ਇੱਕ ਦੂਜੇ ਦੇ ਸਿਰ 'ਚ ਮਿੱਟੀ ਪਾਉਂਦੇ ਆ ਅਤੇ ਫਿਰ ਉਹ ਮਿੱਟੀ ਉਹਦੇ ਸਿਰ 'ਚ ਪਾ ਕੇ ਨਾਲ ਆਪਣਾ ਸਿਰ ਵੀ ਝਾੜਨਾ ਸ਼ੁਰੂ ਕਰ ਦਿੰਦਾ ਵਾ, ਅਤੇ ਦੂਸਰਾ ਉਹਨਾਂ 'ਚ ਇਹਨੂੰ ਫਿਰ ਬੁੱਕ ਭਰਦਾ ਮਿੱਟੀ ਦਾ ਉਹਦੇ ਸਿਰ 'ਚ ਪਾ ਦਿੰਦਾ ਅਤੇ ਉਹ ਆਪਣਾ ਸਿਰ ਝਾੜਨਾ ਸ਼ੁਰੂ ਕਰ ਦਿੰਦਾ ਵਾ। ਅੱਜ ਮੈਨੂੰ ਲੱਗਦਾ ਸੀਗਾ ਕਿ ਬਹੁਤ ਸਾਰੇ ਜਿਹੜੇ ਐਸੇ ਲੋਕ ਨੇ, ਚਾਹੇ ਉਹ ਮਸੀਹ ਕੌਮ ਦੇ ਆਗੂ ਅਖਵਾਉਂਦੇ ਨੇ, ਚਾਹੇ ਉਹ ਕਿਸੇ ਰਹਿਬਰ ਨੇ, ਚਾਹੇ ਕੁਛ ਵੀ ਕਿਸੇ ਵੀ ਰੂਪ ਦੇ ਵਿੱਚ ਉਹ ਮਸੀਹ ਕੌਮ ਦੀ ਸੇਵਕਾਈ ਕਰ ਰਹੇ ਨੇ ਜਾਂ ਸੇਵਾ ਕਰ ਰਹੇ ਨੇ, ਅਤੇ ਉਹ ਇਸ ਤਰ੍ਹਾਂ ਦਾ ਹੀ ਕੁਛ ਲੱਗ ਰਿਹਾ ਸੀਗਾ ਵੀ ਇੱਕ ਦੂਸਰੇ ਦੇ ਸਿਰ ਦੇ ਵਿੱਚ ਮੁੱਖ ਭਰ ਭਰ ਕੇ ਮਿੱਟੀ ਪਾ ਕੇ ਅਤੇ ਆਪਣਾ ਆਪਣਾ ਸਿਰ ਝਾੜਨ ਦੀ ਕੋਸ਼ਿਸ਼ ਕਰ ਰਹੇ ਨੇ।
ਇਹ ਕੁਝ ਐਸਾ ਸੀਗਾ ਵੀ ਇਸ ਮੁੱਦਾ ਨਾ ਹੁੰਦੇ ਹੋਏ ਵੀ ਇਸ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾਇਆ ਗਿਆ। ਤੇ ਜੋ ਮੈਨੂੰ ਮਹਿਸੂਸ ਹੋਇਆ ਕਿ ਮੁੱਦਾ ਜਿਹੜਾ ਬਣਾਇਆ ਵਾ ਉਹ ਕੁਝ ਤਾਂ ਸਾਡੇ ਅੰਧ ਭਗਤ ਲੋਕ ਨੇ ਜਿਨ੍ਹਾਂ ਨੇ ਉਸ ਨੂੰ ਮੁੱਦਾ ਨਾ ਹੁੰਦੇ ਹੋਏ ਵੀ ਇੱਕ ਬੜਾ ਵੱਡਾ ਮਸਲਾ ਬਣਾ ਦਿੱਤਾ, ਜਿਹੜੇ ਕਿ ਵੀਡੀਓ ਚੁੱਕ ਕੇ ਵੀਡੀਓ ਦੀਆਂ ਕਲਿੱਪਾਂ ਕੱਟ ਕੇ ਉਹਨੂੰ ਐਡਿਟ ਕਰਕੇ ਤੇ ਉਹਨਾਂ ਦੋਵੇਂ ਜਿਹੜੇ ਪਰਮੇਸ਼ਰ ਦੇ ਦਾਸ ਨੇ ਉਹਨਾਂ ਦੋਵਾਂ ਦੀਆਂ ਪਰਮੇਸ਼ਰ ਦੇ ਦਾਸਾਂ ਦੀਆਂ ਵੀਡੀਓ ਐਡਿਟ ਕਰ ਕਰਕੇ ਤੇ ਕੁਛ ਵਿਊ ਲੈਣ ਦੇ ਚੱਕਰ 'ਚ ਜਾਂ ਕੁਛ ਵਿਊ ਲੈਣ ਦੇ ਲਈ ਉਹ ਵੀਡੀਓ ਐਡਿਟ ਕਰ ਕਰਕੇ ਪਾਈ ਜਾ ਰਹੇ ਨੇ, ਉਹ ਪਰਮੇਸ਼ਰ ਦੇ ਰਾਜ ਨੂੰ ਖਰਾਬ ਕਰ ਰਹੇ ਨੇ। ਯਾਦ ਰੱਖਿਓ, ਪਰਮੇਸ਼ਰ ਤੁਹਾਨੂੰ ਕਦੇ ਵੀ ਨਹੀਂ ਬਖਸ਼ੇਗਾ ਜੇਕਰ ਤੁਸੀਂ ਪਰਮੇਸ਼ਰ ਦੇ ਰਾਜ ਨੂੰ ਖਰਾਬ ਕਰਨਾ ਬੰਦ ਨਾ ਕੀਤਾ। ਇਸੇ ਤਰ੍ਹਾਂ ਸਾਡੇ ਮਸੀਹ ਕੌਮ ਦੇ ਜਿਹੜੇ ਕੁਝ ਰਹਿਬਰ ਨੇ, ਕੁਝ ਅਗਵੇ ਨੇ, ਉਹ ਵੀ TRP ਲੈਣ ਦੇ ਚੱਕਰ 'ਚ, ਆਪਣੇ ਆਪ ਨੂੰ ਫੇਮਸ ਕਰਨ ਦੇ ਚੱਕਰ 'ਚ, ਆਪਣੇ ਆਪ ਨੂੰ ਜਨਤਾ ਦੇ ਸਾਹਮਣੇ ਲਿਆ ਕੇ ਰੱਖਣ ਦੇ ਚੱਕਰ 'ਚ ਕੁਛ ਐਸੀਆਂ ਚੀਜ਼ਾਂ ਆਪਣੇ ਕੋਲੋਂ ਜੋੜ ਕੇ ਤੇ ਉਹ ਵੀ ਮਸੀਹਤ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਮਸੀਹਤ ਦੇ ਵਿਰੁੱਧ ਵਿੱਚ ਜਿਹੜੀਆਂ ਗੱਲਾਂ ਨੇ ਉਹ ਵੀ ਸੋਸ਼ਲ ਮੀਡੀਆ ਤੇ ਆ ਕੇ ਕਰ ਰਹੇ ਨੇ। ਮੇਰੇ ਅਜ਼ੀਜ਼ੋ ਪਿਆਰਿਓ, ਇਹ ਗੱਲ ਮਸੀਹ ਕੌਮ ਦੇ ਜਿਹੜੇ ਰਖਵਾਲੇ ਨੇ ਅਗਰ ਉਹ ਇਹੋ ਜਿਹਾ ਕੰਮ ਕਰ ਰਹੇ ਨੇ ਤੇ ਇਹ ਗੱਲ ਚੰਗੀ ਨਹੀਂ ਆ। ਪਰਮੇਸ਼ਰ ਕਦੀ ਵੀ ਉਹਨਾਂ ਲੋਕਾਂ ਨੂੰ ਮਾਫ ਨਹੀਂ ਕਰੇਗਾ ਜਿਹੜੇ ਆਪਣੇ ਸ਼ੋਹਰਤ ਖੱਟਣ ਦੇ ਲਈ ਦੂਸਰੇ ਨੂੰ ਨੀਵਾਂ ਦਿਖਾਉਣ ਡਏ ਨੇ, ਦੂਸਰੇ ਦੇ ਸਿਰ 'ਚ ਬੁੱਕ ਭਰ ਕੇ ਮਿੱਟੀ ਦਾ ਪਾਉਣ ਡਏ ਤੇ ਆਪਣਾ ਸਿਰ ਝਾੜਨ ਡਏ ਨੇ। ਐਸੇ ਲੋਕ ਕਦੇ ਵੀ ਸ਼ੋਹਰਤ ਕਮਾ ਨਹੀਂ ਸਕਦੇ। ਔਰ ਤੀਸਰੀ, ਕੁਝ ਐਸੇ ਪ੍ਰਭੂ ਦੇ ਸੇਵਕ ਦਾਸ ਵੀ ਜਿਹੜੇ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੇ ਇੱਕ ਦੂਸਰੇ ਦੇ ਉੱਤੇ ਦੋਸ਼ ਲਾ ਰਹੇ ਨੇ, ਤੇ ਮੈਂ ਸਮਝਦਾ ਉਹ ਵੀ ਇਹੋ ਹੀ ਕੰਮ ਕਰ ਰਹੇ ਨੇ ਭਈ ਬੁੱਕ ਭਰ ਕੇ ਮਿੱਟੀ ਦਾ ਦੂਸਰੇ ਦੇ ਸਿਰ 'ਚ ਪਾ ਕੇ ਆਪਣਾ ਸਿਰ ਝਾੜਨ ਦੀ ਕੋਸ਼ਿਸ਼ ਕਰ ਰਹੇ ਨੇ। ਮੇਰੇ ਪਿਆਰਿਓ, ਪਰਮੇਸ਼ਰ ਦਾ ਵਚਨ ਸਾਨੂੰ ਕਦੀ ਵੀ ਇਹ ਗੱਲ ਨਹੀਂ ਸਿਖਾਉਂਦਾ ਕਿ ਅਸੀਂ ਇੱਕ ਦੂਸਰੇ ਦੇ ਉੱਤੇ ਦੋਸ਼ ਲਾਈਏ। ਖੁਦਾਵੰਦ ਪ੍ਰਭੂ ਯਿਸੂ ਮਸੀਹ ਦਾ ਵਚਨ ਸਾਨੂੰ ਇਹ ਸਿਖਾਉਂਦਾ ਵਾ ਕਿ ਤੁਸੀਂ ਦੋਸ਼ ਨਾ ਲਾਓ ਤਾਂ ਜੋ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ। ਤੇ ਮੇਰੇ ਪਿਆਰਿਓ, ਹੱਥ ਜੋੜ ਕੇ ਤੁਹਾਨੂੰ ਅਪੀਲ ਕਰਦਾ ਵਾਂ ਕਿ ਤੁਸੀਂ ਆਹ ਜਿਹੜਾ ਕੰਮ ਸ਼ੁਰੂ ਕੀਤਾ ਨਾ, ਇੱਕ ਦੂਸਰੇ ਦੇ ਸਿਰ ਦੇ ਵਿੱਚ ਬੁੱਕ ਭਰ ਕੇ ਮਿੱਟੀ ਪਾਉਣਾ ਤੇ ਮਿੱਟੀ ਪਾ ਕੇ ਆਪਣਾ ਸਿਰ ਝਾੜਨਾ ਜਿਹੜਾ ਵਾ, ਇਹਨੂੰ ਮਿਹਰਬਾਨੀ ਕਰਕੇ ਬੰਦ ਕਰ ਦਿਓ ਤੇ ਕਿਰਪਾ ਕਰਕੇ ਆਪਣੇ ਆਪਣੇ ਕੰਮਾਂ ਦੇ ਵਿੱਚ, ਸੇਵਕਾਈ ਦੇ ਕੰਮਾਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਵਿਅਸਤ ਜੇ, ਤੁਸੀਂ ਬਹੁਤ ਜ਼ਿਆਦਾ ਕੀਮਤੀ ਲੋਕ ਜੇ, ਤੁਹਾਨੂੰ ਪਰਮੇਸ਼ਰ ਬਹੁਤ ਜ਼ਿਆਦਾ ਪਿਆਰ ਕਰਦਾ ਵਾ ਔਰ ਇਸ ਕਰਕੇ ਤੁਹਾਨੂੰ ਪਰਮੇਸ਼ਰ ਨੇ ਦੂਸਰਿਆਂ ਨੂੰ ਬਰਕਤ ਦੇਣ ਦੇ ਲਈ ਠਹਿਰਾਇਆ ਵਾ, ਨਾ ਕਿ ਤੁਹਾਨੂੰ ਦੂਸਰਿਆਂ ਦੇ ਸਿਰ 'ਚ ਮਿੱਟੀ ਪਾਉਣ ਦੇ ਲਈ। ਤੋ ਇਸ ਕਰਕੇ ਮਿਹਨਤ ਆ ਕਿ ਹੱਥ ਜੋੜ ਕੇ ਬੇਨਤੀ ਆ ਕਿ ਇੱਕ ਦੂਸਰੇ ਦੇ ਸਿਰ 'ਚ ਮਿੱਟੀ ਪਾਉਣਾ ਬੰਦ ਕਰੋ ਔਰ ਆਪਣੇ ਆਪਣੇ ਕੰਮ ਦੇ ਵਿੱਚ ਲੱਗੇ ਰਹੋ ਤੇ ਪ੍ਰਭੂ ਤੁਹਾਨੂੰ ਸ਼ਾਂਤੀ ਦੇਵੇ। ਧੰਨਵਾਦ।